ਫਿਰ ਮੈਂ ਸੰਯੁਕਤ ਮੋਰਚਾ ਪੰਜਾਬ, ਜਿਹਦੇ ਵਿੱਚ 37 ਜਥੇਬੰਦੀਆਂ ਸ਼ਾਮਲ ਹੈ, ਉਹਨਾਂ ਦੀ ਇੱਕ ਬਹੁਤ ਅਹਿਮ ਮੀਟਿੰਗ ਹੋਈ ਹੈ। ਮੀਟਿੰਗ ਦੇ ਵਿੱਚ ਪਹਿਲਾਂ 16 ਤਰੀਕ ਦਾ ਜਿਹੜਾ ਭਾਰਤ ਬੰਦ ਹੈ ਕੀਤਾ, ਬੜਾ ਸਹਿਯੋਗ ਦਿੱਤਾ ਲੋਕਾਂ ਨੇ, ਉਹਦੇ 'ਤੇ ਅਸੀਂ ਸਾਰੇ ਹੀ ਸੰਤੁਸ਼ਟ ਹੋਏ ਹਾਂ। ਪਹਿਲਾ ਏਜੰਡਾ ਇਹ ਸੀ, ਦੂਜਾ ਏਜੰਡਾ ਇਹ ਸੀ ਕਿ ਅਗਲਾ ਪ੍ਰੋਗਰਾਮ ਦੇਸ਼ ਭਰ ਦੇ ਵਿੱਚ ਦਿੱਤਾ ਜਾਵੇ। ਉਹ ਜਿਹੜਾ ਅਸੀਂ ਅਗਲਾ ਪ੍ਰੋਗਰਾਮ ਉਲੀਕਿਆ, ਇੱਕ ਵਾਰ 20 ਤਰੀਕ, 21 ਤਰੀਕ ਅਤੇ 22 ਤਰੀਕ, ਤਿੰਨ ਦਿਨਾਂ ਦਾ ਪ੍ਰੋਗਰਾਮ ਅਸੀਂ ਉਲੀਕਿਆ, ਜਿਹਦੇ ਵਿੱਚ BJP ਦੇ ਜਿਹੜੇ ਲੀਡਰ ਹੈ ਪੰਜਾਬ ਦੇ ਵਿੱਚ, ਉਹ ਚਾਹੇ MP ਹੈ, ਚਾਹੇ ਕੋਈ ਜ਼ਿਲ੍ਹੇ ਦਾ ਪ੍ਰਧਾਨ ਹੈ, ਚਾਹੇ ਕੋਈ ਪੰਜਾਬ ਦਾ ਪ੍ਰਧਾਨ ਹੈ, ਜਿਹੜੇ ਸਿਰਕੱਢ ਆਗੂ ਹੈ, ਉਹਨਾਂ ਦਾ 20 ਤਰੀਕ ਤੋਂ ਲੈ ਕੇ ਵੱਡੇ ਕਾਫਲਿਆਂ ਦੇ ਵਿੱਚ ਦਿਨ ਰਾਤ ਦੇ ਜਿਹੜੇ ਧਰਨੇ ਹੈ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ। ਨਾਲ ਦੀ ਨਾਲ ਜਿਹੜੇ ਪੰਜਾਬ ਦੇ ਵਿੱਚ ਪੂਰੇ ਦੇ ਪੂਰੇ ਟੋਲ ਪਲਾਜ਼ੇ ਆ, ਉਹ ਸਾਰੇ ਦੇ ਸਾਰੇ ਜਿਹੜੇ ਟੋਲ ਪਲਾਜ਼ੇ ਹੈ ਉਹ ਫ੍ਰੀ ਕਰ ਦਿੱਤੇ ਜਾਣਗੇ 20 ਤਰੀਕ ਤੋਂ ਲੈ ਕੇ 22 ਤੱਕ। ਜਿੱਥੇ ਤੱਕ ਕੋਈ ਟੋਲ ਪਲਾਜ਼ਾ ਵੀ ਨਹੀਂ, ਕੋਈ BJP ਦਾ ਲੀਡਰ ਵੀ ਨਹੀਂ, ਉਸ ਜ਼ਿਲ੍ਹੇ ਦੀ ਕਮੇਟੀ ਦੇ ਅਨੁਸਾਰ ਉਹ DC ਦਫ਼ਤਰਾਂ ਅੱਗੇ ਪੱਕੇ ਮੋਰਚੇ ਲਾ ਕੇ ਬੈਠਣਗੇ। ਇਹ ਲਗਾਤਾਰ ਦਿਨ ਰਾਤ ਚੱਲਣਗੇ। 21 ਤਰੀਕ ਨੂੰ ਸੰਯੁਕਤ ਮੋਰਚੇ ਦੀ ਮੀਟਿੰਗ ਹੈ, ਉਹ ਮੀਟਿੰਗ ਦੇ ਵਿੱਚ ਵੀ ਅਸੀਂ ਪੰਜਾਬ ਵੱਲੋਂ ਇਹ ਮੰਗ ਕਰਾਂਗੇ ਕਿ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜਾ ਇਹ ਪ੍ਰੋਗਰਾਮ ਹੈ ਉਹਨੂੰ ਸ਼ੁਰੂ ਕਰ ਦਿੱਤਾ ਜਾਵੇ, ਤਾਂ ਕਿ ਜਿਹੜੀਆਂ ਸਾਡੀਆਂ ਰਹਿੰਦੀਆਂ ਮੰਗਾਂ ਹੈ, MSP ਦੀ ਗਰੰਟੀ ਵਾਲਾ ਕਾਨੂੰਨ, ਮੁਕੱਦਮੇ ਦਰਜ ਕੀਤੇ ਆ ਜਿਹੜੇ ਲੀਡਰਾਂ ਦੇ ਉੱਪਰ, ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੇ ਲਈ, ਫਸਲੀ ਬੀਮਾ ਯੋਜਨਾ ਸਰਕਾਰੀ ਤੌਰ 'ਤੇ ਬਣਾਉਣ ਦੇ ਲਈ, ਟੋਟਲ ਕਰਜ਼ਾ ਮਜ਼ਦੂਰਾਂ ਕਿਸਾਨਾਂ ਦਾ ਉਹ ਸਾਰਾ ਕਰਜ਼ਾ ਖਤਮ ਕਰਾਉਣ ਦੇ ਲਈ, ਅਤੇ ਜਿਹੜੀ ਬੁਢਾਪਾ ਪੈਨਸ਼ਨ ਹੈ 60 ਸਾਲ ਦੀ ਉਮਰ ਦੇ ਵਿੱਚ ਕਿਸਾਨ ਹੈ ਚਾਹੇ ਮਜ਼ਦੂਰ ਹੈ, ਪਤੀ ਪਤਨੀ ਨੂੰ 10,000 ਰੁਪਈਆ ਪ੍ਰਤੀ ਮਹੀਨਾ ਉਹ ਪੈਨਸ਼ਨ ਦਿੱਤੀ ਜਾਵੇ ਸੈਂਟਰ ਸਰਕਾਰ ਵੱਲੋਂ। ਇਹ ਲਗਾਤਾਰ 3 ਮੰਗਾਂ ਐਡ ਕੀਤੀਆਂ, ਬਾਕੀ ਮੰਗਾਂ ਸਾਡੀਆਂ ਪਹਿਲਾਂ ਹੀ ਰਹਿੰਦੀਆਂ। ਜਦ ਤੱਕ ਇਹ ਮੰਗਾਂ ਦਾ ਨਿਪਟਾਰਾ ਨਹੀਂ ਹੁੰਦਾ ਤਾਂ ਉਦੋਂ ਤੱਕ ਜਿਹੜਾ ਇਹ ਸੰਘਰਸ਼ ਹੈ ਅਸੀਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਾਰੀ ਰੱਖਾਂਗੇ। ਜਿੱਥੋਂ ਤੱਕ ਰਿਪਰੈਸ਼ਨ ਦਾ ਸਵਾਲ ਹੈ, ਜਿਹੜਾ ਸ਼ੰਭੂ ਬਾਰਡਰ 'ਤੇ ਹੋਇਆ ਜਾਂ ਖਨੌਰੀ ਬਾਰਡਰ 'ਤੇ ਹੋਇਆ, ਜਾਂ ਜੇ ਹੋਰ ਕਰਦੀ ਹੈ ਸਰਕਾਰ, ਤਾਂ ਅਸੀਂ ਤੁਰੰਤ ਐਕਸ਼ਨ ਲਵਾਂਗੇ ਇਸ ਗੱਲ ਦਾ। ਪਰ ਆਪਣੇ ਤੌਰ 'ਤੇ ਸੰਯੁਕਤ ਮੋਰਚਾ ਪੂਰੇ ਭਾਰਤ ਦੇ ਵਿੱਚ ਜਿਹੜਾ ਅੰਦੋਲਨ ਹੈ ਇਹ ਸ਼ੁਰੂ ਕਰਨ ਜਾ ਰਿਹਾ। ਨਹੀਂ, ਮੈਂ ਅੱਜ ਬੜਾ ਬੜਾ ਅਹਿਮ ਇੱਕ ਮੁੱਦਾ ਰਹਿੰਦਾ ਹੈ, ਮੋਰਚੇ ਦੀ ਇੰਡੀਆ ਦੀ ਹਦਾਇਤ 'ਤੇ ਅੱਜ ਜਿਹੜੀ ਮੀਟਿੰਗ ਕੀਤੀ ਹੈ, ਉਸ ਮੀਟਿੰਗ ਦੇ ਵਿੱਚ 21-22 ਦਾ ਪ੍ਰੋਗਰਾਮ ਲਿਖਿਆ, BJP ਦੇ ਆਗੂਆਂ ਦੇ ਘਰਾਂ ਦੇ ਮੂਹਰੇ ਧਰਨੇ ਮਾਰਨੇ ਅਤੇ ਟੋਲ ਫ੍ਰੀ ਕਰਨੇ। ਜਿਹੜੇ ਜ਼ਿਲ੍ਹੇ ਦੇ ਵਿੱਚ ਦੋਨੇ ਗੱਲਾਂ ਨਹੀਂ ਹੈਗੀਆਂ ਉਹ ਭਾਵੇਂ ਕਿਸੇ DC ਦਫ਼ਤਰ ਦੇ ਮੂਹਰੇ ਧਰਨਾ ਮਾਰ ਲੈਣ। ਇਹ 3 ਦਿਨ ਦਾ ਪ੍ਰੋਗਰਾਮ, SKM ਦੀਆਂ ਜਿਹੜੀਆਂ ਮੰਗਾਂ ਨੇ, ਜਿਹੜੀਆਂ ਦਿੱਲੀ ਮੋਰਚੇ ਦੀਆਂ ਰਹਿੰਦੀਆਂ ਨੇ, ਉਹਨਾਂ ਨੂੰ ਲੈ ਕੇ ਹੈ। ਅਤੇ ਜਿਹੜਾ ਸਰਕਾਰੀ ਜਾਬਰ ਹੈ
ਉਹਦੇ ਵਿਰੋਧ ਦੇ ਵਿੱਚੋਂ ਉਹ ਐਡ ਕੀਤੀ ਹੋਈ ਹੈ, ਉਹਨਾਂ ਮੰਗਾਂ ਲੈ ਕੇ ਅਸੀਂ ਪਾਸ ਕੀਤਾ ਉਹ ਤਿੰਨ ਪ੍ਰੋਗਰਾਮ, ਉਹ ਸਾਰੀਆਂ ਜਥੇਬੰਦੀਆਂ ਨੇ ਸਰਬ ਸੰਮਤੀ ਨਾਲ ਪਾਸ ਕੀਤਾ। ਤੁਸੀਂ ਵੀ ਐਲਾਨ ਕੀਤਾ ਸੀ ਇੱਕ ਪ੍ਰੈਸ ਕਾਨਫਰੰਸ ਕੀਤੀ 5 ਮੈਂਬਰੀ ਕਮੇਟੀ ਦੀ, ਵੀ ਜੇਕਰ ਨਹੀਂ ਕੁਝ ਬਣਿਆ ਤਾਂ ਅਸੀਂ ਬਾਰਡਰਾਂ ਤੇ ਜਾਵਾਂਗੇ ਤੁਹਾਡੀ ਜਥੇਬੰਦੀ, ਇਹਦੇ ਬਾਰੇ ਕੀ ਕਹਿਣਾ? ਨਹੀਂ, ਬਾਰਡਰਾਂ ਵਾਲਾ ਮੇਰੇ ਖਿਆਲ 'ਚ ਅਸੀਂ ਕਦੇ ਨਹੀਂ ਕੀਤਾ। ਤੁਸੀਂ ਕਿਹਾ ਜੀ ਵੀ ਉਹਨਾਂ ਨਾਲ ਸਹਿਮਤੀ? ਸੁਣੋ, ਇੱਕ ਅਸੀਂ ਉਹ ਕੀਤਾ, ਉਹ ਅਸੀਂ ਤਾਂ ਉਹ ਮੇਰੇ ਖਿਆਲ 'ਚ 17 ਤਰੀਕ ਤੋਂ ਸ਼ੁਰੂ ਵੀ ਕੀਤਾ ਹੋਇਆ, 17 ਤਰੀਕ ਦਾ ਅਸੀਂ ਹੁਣ ਵੀ ਬੈਠੇ ਨੇ, ਸਾਡੇ ਅੱਜ ਹੀ ਬੈਠੇ ਨੇ, ਉਹ ਕੱਲ੍ਹ ਨੂੰ ਵੀ ਹੁਣ ਜਦੋਂ ਕਿ ਪੰਜਾਬ ਦੀਆਂ ਜਥੇਬੰਦੀਆਂ ਦਾ ਪ੍ਰੋਗਰਾਮ ਆ ਗਿਆ 17, 18, 19, 22 ਤੱਕ ਉਹ ਅਸੀਂ ਲਗਾਤਾਰ ਜਾਰੀ ਰੱਖਾਂਗੇ। ਟੋਲ ਪਲਾਜ਼ੇ ਕਿਵੇਂ ਰਹਿਣਗੇ ਜੀ, ਜਿੱਦਾਂ ਤੁਸੀਂ ਫ੍ਰੀ ਕੀਤੇ ਹੋਏ ਨੇ ਟੋਲ ਪਲਾਜ਼ੇ? ਟੋਲ ਫ੍ਰੀ ਰਹਿਣਗੇ 22 ਤੱਕ, ਉਹਦੇ 'ਤੇ ਰਹਿਣਗੇ ਉਹ, ਪੰਜਾਬ ਦੇ ਰਹਿਣਗੇ, ਭਾਰਤ ਦੇ ਰਹਿਣਗੇ ਜੀ? ਪਤਾ ਕਰ ਲੈਂਦੇ ਹਾਂ, ਇਸ ਤਰ੍ਹਾਂ ਨਹੀਂ ਹੋ ਸਕਦਾ ਜਿੱਥੇ ਕਿਸਾਨ ਬੈਠੇ ਹੋਣ ਉੱਥੇ ਫੀਸ ਵੀ ਲੈ ਜਾਂਦੀ ਹੋਵੇ, ਇਹ ਕਦੇ ਨਹੀਂ। ਇਹ ਅਸੀਂ ਦੇਖਦੇ ਹਾਂ ਵੀ ਕਿੱਥੇ ਆ ਉਹ ਕੌਣ ਨੇ ਦੂਸਰਾ? ਅਸੀਂ ਜਿਹੜੇ ਸ਼ੰਭੂ ਤੇ ਖਨੌਰੀ, ਸ਼ੰਭੂ ਤੇ ਖਨੌਰੀ ਜਿੱਥੇ ਕਿਸਾਨ ਬੈਠੇ ਨੇ, ਸਾਡੀ ਉਹਦੇ ਤੇ ਆਵਾਜ਼ ਅੱਖ ਰੱਖੀ ਹੋਈ ਹੈ। ਅਗਰ ਸਰਕਾਰ ਉਹਨਾਂ ਤੇ ਜ਼ਬਰ ਕਰਨਾ ਚਾਹੁੰਦੀ ਹੈ ਤਾਂ ਅਸੀਂ ਅੱਧੀ ਰਾਤ ਤੱਕ ਵੀ ਬੈਠਾਂਗੇ, 24 ਘੰਟੇ ਆਵਾਜ਼ ਅੱਖ ਹੈ। ਪ੍ਰੋਗਰਾਮ ਵੱਖਰਾ ਉਹਨਾਂ ਦਾ ਦਿੱਤਾ ਹੋਇਆ, ਅਸੀਂ ਵੱਖਰਾ ਦਿੰਦੇ ਹਾਂ, ਪਰ ਇਹ ਸਰਕਾਰ ਨੂੰ ਮਤਲਬ ਖੁੱਲ੍ਹ ਨਹੀਂ ਦੇਵਾਂਗੇ ਕਿ ਉਹ ਜ਼ਬਰ ਕਰ ਲਏ। ਦੇਖੋ, ਅਸੀਂ ਰਿਪਰੈਸ਼ਨ ਦੇ ਵਿਰੁੱਧ ਪਹਿਲਾਂ ਵੀ ਪ੍ਰੋਗਰਾਮ ਦੇ ਚੁੱਕੇ ਹਾਂ 15 ਤਰੀਕ ਨੂੰ, ਬੇਸ਼ੱਕ ਅਸੀਂ 20 ਦਾ ਪ੍ਰੋਗਰਾਮ ਦਿੱਤਾ, ਜੇ ਉਦੋਂ ਪਹਿਲਾਂ ਵੀ ਕੋਈ ਰਿਪਰੈਸ਼ਨ ਹੁੰਦਾ ਅਸੀਂ ਫੌਰੀ ਇਕੱਠੇ ਹੋ ਕੇ ਉਹ ਜ਼ਬਰਦਸਤ ਮੂੰਹ ਤੋੜਮਾਂ ਚ ਪਾ ਦਿੰਦੇ। ਅਸੀਂ ਨਹੀਂ ਕੈਂਸਲ ਕਰਦੇ, ਅਸੀਂ 22 ਦੀ ਮੀਟਿੰਗ ਅੱਜ, ਭਾਵੇਂ ਕੋਈ ਫੈਸਲਾ ਹੋ ਜਾਏ ਸਾਡਾ ਪ੍ਰੋਗਰਾਮ ਇਸੇ ਤਰ੍ਹਾਂ। ਪੰਜਾਬ ਦੇ ਵਿੱਚ ਬੀਜੇਪੀ ਦੇ ਜਿੰਨੇ ਆਗੂ ਨੇ, ਚਾਹੇ ਉਹ ਜ਼ਿਲ੍ਹਾ ਪੱਧਰ ਦੇ ਨੇ, ਚਾਹੇ ਉਹ ਕੇਂਦਰ ਦੇ ਨੇ, ਜ਼ਿਲ੍ਹਾ ਪ੍ਰਧਾਨ ਨੇ, ਸੂਬਾ ਪ੍ਰਧਾਨ ਨੇ, ਉਹਨਾਂ ਦੇ ਘਰਾਂ ਅੱਗੇ ਰੋਸ ਪ੍ਰਦਰਸ਼ਨ, ਘਰਾਂ ਦਾ ਘਰਾਓ ਨਹੀਂ, ਕਈ ਵਾਰੀ ਸ਼ਬਦਾਂ ਦਾ ਹੇਰ ਫੇਰ ਹੋ ਜਾਂਦਾ, ਰੋਸ ਪ੍ਰਦਰਸ਼ਨ ਕਰਨੇ ਨੇ। ਟੋਲ ਪਲਾਜ਼ੇ ਪੂਰੇ ਪੰਜਾਬ 'ਚ 3 ਦਿਨ ਵਾਸਤੇ ਫ੍ਰੀ ਕਰਨੇ ਨੇ। ਇਸ ਦੇ ਨਾਲ ਨਾਲ ਜਿੱਥੇ ਕੋਈ ਸਾਥੀ ਨੇ ਜਿਵੇਂ ਦੱਸਿਆ ਵੀ ਜ਼ਿਲ੍ਹਾ ਪੱਧਰ 'ਤੇ ਜੇਕਰ ਕੋਈ ਬੀਜੇਪੀ ਦਾ ਕੋਈ ਮੰਤਰੀ ਜਾਂ ਇਸ ਤਰ੍ਹਾਂ ਨਹੀਂ ਹੈ ਤਾਂ ਉਹ ਡੀ ਸੀ ਦਫ਼ਤਰ ਅੱਗੇ ਵੀ ਜਾਣਗੇ ਸਾਥੀ। ਮੁੱਖ ਤੌਰ 'ਤੇ 20, 21, 22 ਤਰੀਕ ਹੈ, ਮੁੱਖ ਤੌਰ 'ਤੇ ਸਾਡਾ ਜਿਹੜੀਆਂ ਮੰਗਾਂ ਨੇ ਉਹ ਕੇਂਦਰ ਸਰਕਾਰ ਨਾਲ ਸੰਬੰਧਿਤ ਨੇ। ਕੇਂਦਰ ਸਰਕਾਰ ਹੈ ਜਿਹੜੀ ਉਹ ਸਾਡੇ ਸਮਝੌਤਾ ਹੋਇਆ ਸੀ ਜੋ ਦਿੱਲੀ ਮੋਰਚੇ ਤੋਂ ਬਾਅਦ, ਉਦੋਂ ਤੋਂ ਲੈ ਕੇ ਲਗਾਤਾਰ ਸਾਨੂੰ ਇਸ 'ਤੇ ਗੁੰਮਰਾਹ ਕਰ ਰਹੀ ਹੈ। ਕਦੇ ਉਹ ਬਿਆਨਬਾਜ਼ੀ ਮੀਡੀਆ 'ਚ ਕਰ ਰਹੀ ਹੈ ਵੀ ਅਸੀਂ ਮੰਗਾਂ ਪੂਰੀਆਂ ਕਰਤੀਆਂ, ਕਿਸਾਨਾਂ ਨੂੰ MSP ਦੇਤੀ, ਉਹਨਾਂ ਦੀ ਜਿਹੜੀ ਆਮਦਨ ਹੈ ਉਹ ਦੁੱਗਣੀ ਕਰਤੀ, ਸੁਪਰੀਮ ਕੋਰਟ 'ਚ ਵੀ ਹਲਫਨਾਮੇ ਦਾਖਲ ਹੋ ਗਏ, ਅਤੇ ਅਸੀਂ ਇਹ ਜਿਹੜੀ BJP ਸਰਕਾਰ ਹੈ ਇਹਨੇ ਸਾਡੇ ਨਾਲ ਧੋਖਾ ਕੀਤਾ। ਅਤੇ ਇਹ ਸੰਯੁਕਤ ਕਿਸਾਨ ਮੋਰਚੇ ਦਾ ਜਿਹੜਾ ਪ੍ਰੋਗਰਾਮ ਹੈ ਇਹ ਕੇਵਲ ਪੰਜਾਬ 'ਚ ਨਹੀਂ ਰਹਿਣਾ, ਮੈਂ ਇੱਕ ਗੱਲ ਸਾਫ਼ ਕਰਨੀ ਚਾਹੁੰਦਾ, 22 ਤਰੀਕ ਦੀ ਸਾਡੀ ਆਲ ਇੰਡੀਆ ਦੀ ਮੀਟਿੰਗ ਹੈ ਸੰਯੁਕਤ ਕਿਸਾਨ ਮੋਰਚੇ ਦੀ, ਉਸ ਦੇ ਵਿੱਚ ਇਸ ਨੂੰ ਦੇਸ਼ ਪੱਧਰੀ ਬਣਾਇਆ ਜਾਊਗਾ। ਇਸ ਤੋਂ ਹੋਰ ਵੱਡੇ ਐਕਸ਼ਨ ਕੁਝ ਵੀ ਹੋ ਸਕਦੇ ਨੇ, ਜਿਵੇਂ ਟਰੈਕਟਰ ਸੜਕਾਂ 'ਤੇ ਖੜ੍ਹੇ ਕਰਨੇ,
ਜਾਂ ਮੰਨ ਲਓ ਵੀ ਕੋਈ ਹੋਰ ਵੀ ਐਕਸ਼ਨ ਹੋ ਸਕਦਾ ਹੈ ਵੀ ਲਗਾਤਾਰ ਰਾਬਤਾ ਕੋਈ ਰੈਲੀਆਂ ਵਗੈਰਾ ਦਾ, ਅਸੀਂ ਆਲ ਇੰਡੀਆ ਪੱਧਰ 'ਤੇ ਫੈਸਲਾ ਲੈ ਕੇ ਇਹ ਪੂਰੇ ਦੇਸ਼ 'ਚ ਪ੍ਰੋਗਰਾਮ ਲੈ ਕੇ ਜਾਵਾਂਗੇ ਅਤੇ ਜਿੰਨੇ ਵੀ ਮਤਲਬ ਕਿ ਇਸ ਤੋਂ ਦੂਜੇ ਸੂਬਿਆਂ ਦੇ ਆਗੂ ਨੇ, ਸਾਡੇ ਵੱਡੇ ਆਗੂ ਜਿਹੜੇ ਸੰਯੁਕਤ ਕਿਸਾਨ ਮੋਰਚੇ 'ਚ ਪਹਿਲਾਂ ਕੰਮ ਕਰਦੇ ਰਹੇ ਜਿਵੇਂ ਟਕੈਤ ਸਾਹਿਬ ਨੇ ਵੀ ਕਿਹਾ, ਉਹਨਾਂ ਸਾਰਿਆਂ ਨੇ ਉੱਥੇ ਸ਼ਾਮਿਲ ਹੋਣਾ 22 ਤਰੀਕ ਨੂੰ ਅਤੇ ਅਸੀਂ ਕਰਾਂਗੇ। ਜਿਹੜੀਆਂ ਲੋਕਲ ਮੰਗਾਂ ਜਿਵੇਂ ਕੰਬਾਈਨਾਂ ਵਾਲੀ ਦੱਸ ਦਿੱਤੀ ਆ, ਮੈਂ ਦੁਹਰਾਉਣਾ ਚਾਹੁੰਦਾ ਉਹ ਗੱਲ ਦੁਆਰੇ, ਕਿਉਂਕਿ ਕਈ ਵਾਰੀ ਖਾਸ ਕਰਕੇ ਜਿਹੜਾ ਪ੍ਰਸ਼ਾਸਨ ਹੈ ਹਰਿਆਣੇ ਦਾ, ਪੁਲਿਸ ਮੁਲਾਜ਼ਮ, ਉਹ ਕੰਬਾਈਨਾਂ ਵਾਲੇ ਜਿਹੜੇ ਵੱਡੀ ਪੱਧਰ 'ਤੇ ਸਾਡੇ ਸਾਥੀ ਜਾਂਦੇ ਨੇ ਦੂਜੀਆਂ ਸਟੇਟਾਂ ਦੇ ਵਿੱਚ, ਕਿਉਂਕਿ ਹਾੜੀ ਦਾ ਸੀਜ਼ਨ ਹੈ ਜਿਹੜਾ ਉਹ ਲਗਭਗ ਫਰਵਰੀ ਦੇ ਵਿੱਚ ਗੁਜਰਾਤ ਤੋਂ ਸਟਾਰਟ ਹੋ ਜਾਂਦਾ ਹੈ, ਉਹਨਾਂ ਦੂਜੀਆਂ ਸਟੇਟਾਂ ਦੇ ਵਿੱਚ ਹਾੜੀ ਪਹਿਲਾਂ ਸ਼ੁਰੂ ਹੋ ਜਾਂਦੀ ਹੈ, ਉਹਨਾਂ ਨੂੰ ਤੰਗ ਪਰੇਸ਼ਾਨ ਨਾ ਕਰਨ, ਉਹਨਾਂ ਤੋਂ ਰਿਸ਼ਵਤਖੋਰੀ ਵੀ ਲਈ ਜਾ ਰਹੀ ਹੈ, ਅਸੀਂ ਉਹਨਾਂ ਦੇ ਨਾਲ ਖੜੇ ਹਾਂ। ਨਹੀਂ, ਸੰਯੁਕਤ ਕਿਸਾਨ ਮੋਰਚਾ ਇਹਦੇ 'ਤੇ ਸਖਤ ਕਦਮ ਉਠਾਊਗਾ। ਇੱਕ ਮਸਲਾ ਨਰਸਾਂ ਬਾਰੇ ਹੈ, ਘਾਬ ਦਾ ਜਿਹੜੀਆਂ ਕੋਠੀ ਦੀਆਂ ਸਾਡੇ ਏਮਜ਼ ਦਾ ਹੈ ਨਾ, ਨਰਸਾਂ ਨੂੰ ਸਸਪੈਂਡ ਕੀਤਾ ਹੋਇਆ ਹੈ, ਕੱਚੀਆਂ ਨਰਸਾਂ ਸੋਰੀ, ਉਹਨਾਂ ਨੂੰ ਬਹਾਲ ਕੀਤਾ ਜਾਵੇ। ਸੰਯੁਕਤ ਕਿਸਾਨ ਮੋਰਚਾ ਉਹਨਾਂ ਦੇ ਸੰਘਰਸ਼ ਦੇ ਨਾਲ ਹੈ, ਉਹਨਾਂ ਦੀ ਪਿੱਠ 'ਤੇ ਖੜ੍ਹਾ ਹੈ। ਅਤੇ ਇਸ ਤੋਂ ਇਲਾਵਾ ਜਿਹੜਾ ਟੋਰਚਰ ਮਤਲਬ ਕਿ ਹਰਿਆਣਾ ਸਰਕਾਰ ਜਾਂ ਕੇਂਦਰ ਦੀ BJP ਸਰਕਾਰ ਕਿਸਾਨਾਂ ਦੇ ਕਰਨ ਦਾ ਯਤਨ ਕਰ ਰਹੀ ਹੈ, ਉਸ ਤੋਂ ਬਾਜ਼ ਆਵੇ ਅਤੇ ਸਾਡੇ ਜਿਹੜੇ ਜਮਹੂਰੀ ਹੱਕ ਹੈ ਸੰਵਿਧਾਨ ਦੇ ਮੁਤਾਬਕ ਮਿਲੇ ਹੋਏ ਹੈ, ਉਹਨਾਂ ਨੂੰ ਬਹਾਲ ਰੱਖਿਆ ਜਾਵੇ ਅਤੇ ਨਹੀਂ ਇਸ 'ਤੇ ਅਸੀਂ ਸਖਤੀ ਦੇ ਨਾਲ ਅਗਲੇ ਪ੍ਰੋਗਰਾਮ ਵੱਡੇ ਦੇਵਾਂਗੇ। ਉਸ ਦੀ ਟਾਈਮਿੰਗ ਪਹਿਲੇ ਦਿਨ 20 ਤਰੀਕ ਨੂੰ ਲਗਭਗ 11 ਵਜੇ ਅਸੀਂ ਉਹ ਸ਼ੁਰੂ ਕਰਾਂਗੇ ਅਤੇ ਆਖਰੀ ਦਿਨ 4 ਵਜੇ ਅਸੀਂ ਉਹ ਪ੍ਰੋਗਰਾਮ ਖਤਮ ਕਰਾਂਗੇ। ਜੇਕਰ ਉਸ ਤੋਂ ਕੋਈ ਪ੍ਰੋਗਰਾਮ ਸੰਯੁਕਤ ਕਿਸਾਨ ਮੋਰਚੇ ਦਾ ਕੇਂਦਰ ਪੱਧਰ ਦਾ ਆਉਂਦਾ ਤਾਂ ਉਸ ਨੂੰ ਮਤਲਬ ਰੈਗੂਲਰ ਕਰਨਾ ਜਾਂ ਨਹੀਂ ਕਰਨਾ ਇਹ ਉਸ ਮੀਟਿੰਗ 'ਚ ਫੈਸਲਾ ਲੈ ਕੇ ਦੱਸਿਆ ਜਾਊ। ਰੈਗੂਲਰ ਵੀ ਕਰ ਸਕਦੇ ਹਾਂ ਜਾਂ ਹੋਰ ਵੀ ਵੱਡਾ ਐਕਸ਼ਨ ਕੋਈ ਦੇ ਸਕਦੇ ਹਾਂ, ਇਹ ਬਦਲ ਖੁੱਲ੍ਹਾ ਰਹੂਗਾ। ਨਹੀਂ ਦੇਖੋ, ਜਦੋਂ ਦਿੱਲੀ ਮੋਰਚਾ ਲੱਗਿਆ ਹੋਇਆ ਸੀ ਉਦੋਂ 13 ਮੀਟਿੰਗਾਂ ਕੇਂਦਰ ਸਰਕਾਰ ਨਾਲ ਹੋਈਆਂ ਸੀਗੀਆਂ ਅਤੇ ਉਦੋਂ ਸਾਰੇ ਅਵਾਹਦ ਆਗੂ ਜਿਹੜੇ ਬੈਠੇ ਨੇ ਜਿਨ੍ਹਾਂ ਦਾ 50-50 ਸਾਲ ਦਾ ਤਜਰਬਾ ਹੈ ਅਤੇ ਬੜੇ ਤਰੀਕੇ ਦੇ ਨਾਲ ਇਹਨਾਂ ਨੇ ਗੱਲ ਰੱਖੀ ਸੀ, ਪਰ ਉਹ ਹਮੇਸ਼ਾ ਗੱਲਾਂ ਗੋਲ ਮੋਲ ਕਰਦੇ ਰਹੇ। ਜਿਹੜੀਆਂ ਮੰਗਾਂ ਮੀਟਿੰਗਾਂ ਦੇ ਵਿੱਚ ਮੰਨੀਆਂ ਗਈਆਂ ਸੀ, ਬਿੱਲ ਤਾਂ ਉਸ ਤੋਂ ਬਾਅਦ ਰੱਦ ਕੀਤੇ ਸੀਗੇ, ਬਾਹਰੋਂ ਹੀ ਰੱਦ ਕੀਤੇ ਸੀ ਅਤੇ ਬਾਹਰ ਹੀ ਪਾਰਲੀਮੈਂਟ 'ਚ ਹੋਏ ਨੇ, ਪਰ ਜਿਹੜੀਆਂ ਮੰਗਾਂ ਪਰਾਲੀ ਨੂੰ ਲੈ ਕੇ ਬਿਜਲੀ ਬਿੱਲ ਵਾਪਸ ਲੈਣ ਦੀਆਂ ਮੰਗਾਂ ਸੀ ਉਹ ਚੋਰੀ ਛਿੱਪੇ ਮਤਲਬ ਕਿ ਦਰਵਾਜ਼ਿਆਂ ਰਾਹੀਂ ਅੱਜ ਫਿਰ ਸਾਡੇ 'ਤੇ ਲਾਗੂ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਉਹ ਕੀਤੀਆਂ ਜਾ ਰਹੀਆਂ, ਜਿਹਨੂੰ ਸੰਯੁਕਤ ਕਿਸਾਨ ਮੋਰਚਾ ਭਾਰਤ ਕਿਸੇ ਕਤਈ ਵੀ ਬਰਦਾਸ਼ਤ ਨਹੀਂ ਕਰੂਗਾ। ਅਸੀਂ ਹਮੇਸ਼ਾ ਉਦੋਂ ਤੋਂ ਲੈ ਕੇ ਲੜ ਰਹੇ ਹਾਂ ਸੰਘਰਸ਼ ਦੇ ਮੈਦਾਨ 'ਚ ਅਤੇ ਅੱਗੇ ਤੋਂ ਵੀ ਸੰਘਰਸ਼ ਦੇ ਮੈਦਾਨ 'ਚ ਰਹਾਂਗੇ। ਹਾਂ ਬਿਲਕੁਲ, ਉਹ ਦਿਨ ਰਾਤ ਦਾ ਹੋਊਗਾ, ਦਿਨ ਰਾਤ ਦਾ ਹੋਊਗਾ, ਹਾਂ ਦਿਨ ਰਾਤ ਦਾ ਲਗਾਤਾਰ ਚੱਲੂਗਾ। ਟਸ ਤੋਂ ਮੱਛ ਹੁੰਦੀ ਤਾਂ ਰੇਲਾਂ ਵੀ ਇਹਦੇ ਵਿੱਚ ਆਉਣਗੀਆਂ, ਪਰ 22 ਤੱਕ ਅੜੀਕਣਾ ਪਊਗਾ। ਇੱਕ ਬੇਨਤੀ ਅਸੀਂ ਇਹ ਕਰਦੇ ਹਾਂ ਕਿ ਜਿਹੜੇ ਕੰਬਾਈਨਾਂ ਵਾਲੇ ਹੈ, ਹਜ਼ਾਰਾਂ ਕੰਬਾਈਨ ਪੰਜਾਬ ਦੇ ਵਿੱਚੋਂ ਬਾਹਰ ਜਾ ਰਹੀ ਹੈ, ਪਰ ਅੱਜ ਬਾਰਡਰ ਸਾਰੇ ਸੀਲ ਨੇ ਅਤੇ ਅਸੀਂ ਪ੍ਰਸ਼ਾਸਨ ਨੂੰ ਚੇਤਾਵਨੀ ਵੀ ਦਿੰਦੇ ਹਾਂ ਕਿ ਜਿਹੜੇ ਬਾਰਡਰਾਂ ਦੇ ਉੱਪਰ ਕੰਬਾਈਨ ਆਪਣਾ ਕੰਮ ਕਰਨ ਲਈ ਜਾਂਦੀ ਹੈ ਜਾਂ ਤੂੜੀ ਵਾਲੀ ਮਸ਼ੀਨ ਜਾਂਦੀ ਹੈ, ਉਹਨਾਂ ਨੂੰ ਉਹਨਾਂ ਬਾਰਡਰਾਂ ਥਾਣੀ ਨਿਘਾਇਆ ਜਾਵੇ, ਜਿਹੜੇ ਖੁੱਲ੍ਹੇ ਬਾਰਡਰ ਹੈ ਨਾ ਰੋਕਿਆ ਜਾਵੇ। ਦੂਸਰੀ, ਅੱਜ ਦੀ ਮੀਟਿੰਗ ਦੇ ਵਿੱਚ ਸਾਡੇ 37 ਤੋਂ ਇਲਾਵਾ ਅਗਰਾਹਾਂ ਜੀ ਵੀ ਸਾਡੇ ਵਿੱਚ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਇਆ, ਸਾਂਝੇ ਰੂਪ ਦੇ ਵਿੱਚ ਅਸੀਂ ਇਹ ਜਿਹੜਾ ਫੈਸਲਾ ਕੀਤਾ ਸਾਰਿਆਂ ਨੇ ਇਹ 'ਤੇ ਸਹਿਮਤੀ ਜ਼ਾਹਰ ਕੀਤੀ।
ਸਰ ਜਿਸ ਤਰ੍ਹਾਂ ਲੀਡਰਾਂ ਦੇ ਘਰਾਬ ਜਿਹੜੀ ਗੁਰਾਹ ਜਥੇਬੰਦੀ ਨੂੰ ਕੀਤਾ ਜਾ ਰਿਹਾ ਉਹ ਕੰਟੀਨਿਊ ਰਹੂਗਾ ਅੱਗੇ ਤੁਸੀਂ ਨਾਲ ਸਹਿਮਤ ਸਾਰੇ ਕਰ ਰਹੇ ਨਹੀਂ ਅੱਜ ਸਾਰਾ ਸਾਂਝਾ ਪ੍ਰੋਗਰਾਮ ਤੈਅ ਹੋਇਆ ਵੀ ਅਸੀਂ 20 ਤਾਰੀਖ ਤੋਂ ਜਿਹੜਾ 3 ਦਿਨ ਦਾ ਪ੍ਰੋਗਰਾਮ ਹੈ ਬੀਜੇਪੀ ਦੇ ਲੀਡਰਾਂ ਦੇ ਘਰਾਂ ਮੂਹਰੇ ਧਰਨੇ ਚਲੋ ਕੋਈ ਨਹੀਂ ਹੁਣ ਬੈਠ ਦੇਖੋ ਇੱਕ ਸਾਡਾ ਇੱਕ ਨਾ ਸਾਡੇ ਕਹਿਦੇ ਕਾਨੂੰਨ ਹੈ ਸੇਮ ਪ੍ਰੋਗਰਾਮ ਉਹ ਵੀ ਕਰਨਗੇ ਨਿਯਮ ਹੈ ਅਸੀਂ ਪ੍ਰਧਾਨਗੀ ਮੰਡਲ ਬਣਾਉਂਦੇ ਹਾਂ ਸੈਂਤਕਾਂ ਦੇ ਵਿੱਚੋਂ ਅੱਜ ਦੀ ਜਿਹੜੀ ਪ੍ਰਧਾਨਗੀ ਅਸੀਂ 3 ਨੁਮਾਇੰਦਿਆਂ ਨੇ ਕੀਤੀ ਹੈ ਇਸ ਕਰਕੇ ਚੌਥਾ ਨੁਮਾਇੰਦਾ ਨਹੀਂ ਮਤਲਬ ਉਹਦੇ ਵਿੱਚ ਹਿੱਸਾ ਲਊਗਾ ਠੀਕ ਹੈ ਦਰਸ਼ਕ ਦੇ ਤੌਰ ਤੇ ਕੁਝ ਜਥੇਬੰਦੀਆਂ ਨੇ ਮੈਂਬਰ ਨੇ ਇੱਕ ਦੂਜੇ ਨੂੰ ਟੁੱਟ ਕੇ ਦੂਜੇ ਜਾ ਰਹੇ ਨੇ ਕਈ ਵਾਰ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਵੀ ਇੱਕ ਸਰਦਾਰ ਜੀ ਲੰਬੇ ਟਰੈਕਟਰ ਮੂਹਰੇ ਪੈਣ ਇੱਥੇ ਜਾਣਾ ਨਹੀਂ ਇਹ ਗੱਲਾਂ ਜਿਹੜੀਆਂ ਹੋ ਰਹੀਆਂ ਕਿਤੇ ਨਾ ਕਿਤੇ ਕਿਸਾਨਾਂ 'ਚ ਪਾਰਟ ਪਾਉ ਦੀ ਨੀਤੀ ਤਾਂ ਨਹੀਂ ਪੈਦਾ ਕਰੀ ਇਸ ਤਰ੍ਹਾਂ ਦੀਆਂ ਵੀਡੀਓ ਜਿਹੜੇ ਸੋਸ਼ਲ ਮੀਡੀਆ ਦੇ ਵਿੱਚ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਥੋੜ੍ਹਾ ਜਿਹਾ ਵੀ ਜਿਹੜੇ ਨੌਜਵਾਨ ਨੇ ਕਈ ਵਾਰ ਇਸ ਤਰ੍ਹਾਂ ਹੋ ਰਿਹਾ ਹੈਗਾ ਉਹਦੇ ਬਾਰੇ ਨਹੀਂ ਜੋਸ਼ ਅਤੇ ਹੋਸ਼ ਕਾਇਮ ਰੱਖ ਕੇ ਲੜਨਾ ਚਾਹੀਦਾ ਪੀਸਫੁੱਲ ਰਹਿਣਾ ਚਾਹੀਦਾ ਹਮੇਸ਼ਾ ਦੁਨੀਆ ਵਿੱਚ ਪੀਸਫੁੱਲ ਅੰਦੋਲਨ ਜਿੱਤਦੇ ਨੇ ਵਾਇਲੈਂਟ ਅੰਦੋਲਨ ਕਦੇ ਜਿੱਤਦੇ ਨਹੀਂ ਹੁੰਦੇ ਇਸ ਕਰਕੇ ਸਾਡੀ ਅਪੀਲ ਹੈ ਸਾਰਿਆਂ ਨੂੰ ਜੋ ਮਰਜ਼ੀ ਹੋਵੇ ਪੀਸਫੁੱਲੀ ਲੜਨਾ ਸਿੱਖੋ ਦੇਖੋ ਸਭ ਦੇ ਸਾਹਮਣੇ ਹੈ ਕਿ ਜਿਹੜਾ 3 ਕਾਨੂੰਨਾਂ ਵੇਲੇ ਅਸੀਂ ਦਿੱਲੀ ਮੋਰਚਾ ਲਾਇਆ ਸਾਲ ਭਰ ਤੋਂ ਉੱਪਰ ਬੈਠੇ ਰਹੇ ਹਾਂ ਉਹਦੇ ਵਿੱਚ ਵੀ ਬੜੀਆਂ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਕਿ ਕਿਸੇ ਨਾ ਕਿਸੇ ਲੋਟ ਇਹਨੂੰ ਹਿੰਸਕ ਕਰ ਦਿੱਤਾ ਜਾਵੇ ਪਰ ਅਸੀਂ ਬਚਾ ਕੇ ਰੱਖਿਆ ਅੰਦੋਲਨ ਨੂੰ ਹੁਣ ਵੀ ਅਸੀਂ ਅਪੀਲ ਕਰਾਂਗੇ ਕਿ ਇਸ ਅੰਦੋਲਨ ਨੂੰ ਹਿੰਸਕ ਨਹੀਂ ਹੋਣ ਦੇਣਾ ਚਾਹੀਦਾ ਅਗਰ ਹਿੰਸਕ ਹੋਊਗਾ ਤਾਂ ਸਾਰਾ ਕੁਛ ਗੜਬੜਾ ਜੂਗਾ ਅਤੇ ਕੁਛ ਪੱਲੇ ਵੀ ਨਹੀਂ ਪੈਣਾ ਬਲਕਾਰਨ ਸਿੰਘ ਬਰਾੜ।